ਸਾਡੇ ਲੋਕਾਂ ਨੂੰ ਸਿੱਧਰੇ ਪੱਧਰੇ ਲੋਕਾਂ 'ਚ ਉੱਠਿਆ। ਲੋਕਾਂ ਨੂੰ ਪਤਾ ਹੀ ਨਹੀਂ ਸੀ ਵੀ ਸਾਡੇ ਵਿੱਚ ਕੀ ਤੁਰਿਆ ਫਿਰਦਾ। ਦਿਨ ਦੇ 5 ਘੰਟਿਆਂ 'ਚੋਂ 4 ਘੰਟੇ ਚੁਟਕਲਿਆਂ 'ਚ ਰਹਿੰਦਾ ਸੀ। ਜਦੋਂ 295 ਗਾਣਾ ਸੁਣਾਇਆ ਨਾ ਮੈਂ ਰਿਲੀਜ਼ ਹੋਣ ਤੋਂ ਤਕਰੀਬਨ 1.5 ਮਹੀਨੇ ਪਹਿਲਾਂ, ਮੈਂ ਕਹਿੰਦਾ ਬਾਈ ਆਪਾਂ ਤਾਂ ਚੱਕਵੇਂ ਧਰਮੇ ਗਾਣੇ ਸੁਣਦੇ ਹਾਂ ਵੀ ਆਪਣੇ ਦੇ ਆਪਾਂ ਕੀ ਗਾਤਾ ਬਾਈ, ਤੂੰ ਮੈਨੂੰ ਤਾਂ ਸਮਝ ਨਹੀਂ ਆਈ। ਕਹਿੰਦਾ ਪ੍ਰਦੀਪ ਦੁਨੀਆ ਸੁਣਿਆ ਕਰੂਗੀ, ਅਤੇ ਸੱਚੀ ਗੱਲ ਹੈ ਜੀ ਦੁਨੀਆ ਸੁਣਦੀ ਹੈ ਜੀ। ਦੁਬਈ ਸ਼ੋਅ ਜਾਣ ਤੋਂ ਪਹਿਲਾਂ ਤਿਆਰੀ ਨਹੀਂ ਕਰਦੇ, ਰਿਹਰਸਲ ਕਰ ਦਿੰਦੇ ਆ। ਸਾਡੇ ਸਕੂਲ 'ਚ ਚੱਕ ਲੈਂਦੇ ਸਾਰੇ ਡਰੰਮ ਡਰੁੰਮ ਮੈਮ, ਮੈਨੂੰ ਸਾਨੂੰ ਕਹਿੰਦਾ ਆ ਜਾਓ, ਸਾਨੂੰ ਕਹਿੰਦਾ 50 ਲੱਖ ਵਾਲਾ ਸ਼ੋਅ ਫ੍ਰੀ 'ਚ ਦਿਖਾਵਾਂ, ਸਾਨੂੰ ਮੂਹਰੇ ਬਿਠਾ ਲਿਆ, ਕਹਿੰਦਾ 50 ਲੱਖ ਵਾਲਾ ਸ਼ੋਅ ਸਾਨੂੰ ਮੂਹਰੇ ਦਿਖਾਵਾਂ ਆ ਜਾਓ। ਫਿਰ ਉਹ 'ਚ ਗਾਇਆ, ਅਸੀਂ 2 ਘੰਟੇ ਸੁਣੀ ਗਏ, ਅਸੀਂ ਆਖਿਆ ਬਾਈ ਠੀਕ ਆ, ਟਿਕਟ ਬਾਹਲੀ ਆ, ਕਹਿੰਦੇ ਇਹਦੀ ਲੋਕ ਤਰਸਦੇ ਆ। ਉਹਨੂੰ ਐਂ ਸੀਗਾ ਵੀ ਜੀ ਮੈਂ ਉਹਨਾਂ ਲੋਕਾਂ ਕੋਲ ਨਹੀਂ ਬੈਠਣਾ ਜਿਹੜੇ ਉਹਨੂੰ ਕਹਿਣ ਸਿੱਧੂ ਬਾਹਲਾ ਤਕੜਾ ਬਾਈ, ਤੂੰ ਆਹ ਗਾਣਾ ਤੇਰਾ ਬਾਹਲਾ ਬੰਬਾ ਯਾਰ, ਬਾਈ ਐਂ ਹੋ ਗਿਆ ਐਂ ਹੋ ਗਿਆ, ਨਾ ਯਾਰ ਵੀ ਜਿਹਨਾਂ ਨੂੰ ਮਤਲਬ ਹੀ ਨਾ ਹੋਵੇ ਮੈਂ ਸਿੱਧੂ ਮੂਸੇ ਵਾਲਾ। ਬਿਲਬੋਰਡ ਵਾਲੀ ਗੱਲ ਪਤਾ ਲੱਗੀ ਮੈਮ, ਪਹਿਲਾਂ ਤਾਂ ਸਾਨੂੰ ਪਤਾ ਹੀ ਨਹੀਂ ਸੀ ਬਿਲਬੋਰਡ ਕੀ ਹੁੰਦਾ। ਜਦੋਂ ਪਤਾ ਲੱਗਿਆ ਵੀ ਸਰਚ ਕੀਤਾ ਬਿਲਬੋਰਡ, ਫਿਰ ਉੱਥੇ ਪਤਾ ਲੱਗਿਆ ਵੀ ਦੁਨੀਆ ਕਿੱਡੀ ਆ, 700 ਕਰੋੜ ਦੀ ਪਾਪੂਲੇਸ਼ਨ ਆ। ਉਹ 'ਚ ਇੱਕ ਸਾਡੇ ਪਿੰਡਾਂ ਦਾ ਮੁੰਡਾ, ਸਾਡਾ ਭਾਈ ਜਿਹੜਾ ਸਾਡੇ ਨਾਲ ਬਹਿੰਦਾ ਚਾਹ ਪੀਂਦਾ, ਉਹ ਉੱਥੇ ਬੈਠਾ। ਐਂ ਸੋਚ ਕੇ ਹੈਰਾਨੀ ਆਉਂਦੀ ਆ ਵੀ ਬਿਲਬੋਰਡ, ਫਿਰ ਸੋਚੀ ਆਇਆ ਕਰੀਏ, ਫਿਰ ਮਾੜਾ ਜਿਹਾ ਐਂ ਸੋਚ ਦੇਖਿਆ ਕਰੀਏ ਬਾਈ ਕੰਨੀ ਵੀ ਇਹ ਸੱਚੇ ਹੋ ਬਾਈ ਤੂੰ ਉੱਥੇ ਆ ਯਾਰ। ਸਰ ਮੈਂ ਰਾਤ ਨੂੰ 1 ਵਜੇ ਸੋਰੀ ਟੂ ਸੇ ਮੇਰੀ ਡਰਿੰਕ ਕੀਤੀ ਥੋੜ੍ਹੀ ਜਿਹੀ, ਮੈਂ ਕਿਹਾ ਸੋਨਮ ਬਾਜਵਾ ਵਾਲਾ ਗਾਣਾ ਲਾਓ ਕਿੱਲ ਦਿਲ, ਉਹ ਬਾਈ ਐਂ ਦੂਰ ਚੇਅਰ 'ਤੇ ਬੈਠਾ ਅਤੇ ਉਹ ਕਹਿੰਦਾ ਉਰੇ ਆ। ਸੋਨਮ ਬਾਜਵਾ ਨੂੰ ਮੈਮ ਰਾਤ ਨੂੰ 1 ਵਜੇ ਵੀਡੀਓ ਕਾਲ ਕੀਤੀ, ਕਹਿੰਦਾ ਮੁੰਡੇ ਤੇ ਨਾ ਚਾਹ ਪੀਣਾ ਮੰਗਦੇ। ਅਸੀਂ ਹੈਰਾਨ ਜੀ ਵੀ ਸੋਨਮ ਬਾਜਵਾ ਨਾਲ ਅਸੀਂ ਵੀਡੀਓ ਕਾਲ ਕਰਦੇ ਹਾਂ। ਮੈਨੂੰ ਕਹਿੰਦਾ ਪ੍ਰਦੀਪ ਖੇਡ ਕੇ ਹਟੇ, ਅਸੀਂ 4 ਹੀ ਜਾਣੇ ਜੀ। ਕਹਿੰਦਾ ਪ੍ਰਦੀਪ ਰੋਟੀ ਖਾਣੀ ਆ। ਮੈਂ ਸੰਗ ਜੀ ਨੇ ਕਿਹਾ ਬਾਈ ਹਾਂ ਰੋਟੀ ਖਾ ਲੈਂਦੇ ਹਾਂ ਬਾਈ, ਕਹਿੰਦਾ ਘਰੇ ਕੀ ਬਣਿਆ, ਮੈਂ ਕਿਹਾ ਮੈਂ ਪੁੱਛਿਆ ਮੰਮੀ ਨੂੰ, ਮੰਮੀ ਕਹਿੰਦੀ ਮੂੰਗੀ ਬਣੀ ਆ। ਮੈਨੂੰ ਸ਼ਰਮ ਜੀ ਆਈ ਵੀ ਮੈਂ ਕੀ ਆਖੂੰਗਾ ਬਾਈ ਵੀ ਮੂੰਗੀ ਬਣੀ ਆ ਘਰੇ, ਮੈਂ ਕਿਹਾ ਬਾਈ ਮੂੰਗੀ ਬਣੀ ਆ ਘਰੇ, ਕਹਿੰਦਾ ਲਿਆ ਘਰੇ 18 ਰੋਟੀਆਂ ਮੈਮ, ਮੰਮੀ ਨੇ ਗਿਣ ਕੇ ਪਾ ਦੀਆਂ ਅਤੇ 16 ਰੋਟੀਆਂ ਮੂੰਗੀ ਦੀ ਦਾਲ ਨਾਲ ਖਾ ਗਿਆ ਮੈਮ। ਮੈਨੂੰ ਕਹਿੰਦਾ ਪ੍ਰਦੀਪ ਕਿੰਨੀਆਂ ਬਚ ਗਈਆਂ, ਮੈਂ ਕਿਹਾ 2 ਬਚ ਗਈਆਂ ਬਾਈ, ਕਹਿੰਦਾ ਗੁੜ ਧਰਕੇ ਦੇ ਦੇ, 2 ਗੁੜ ਨਾਲ ਖਾ ਗਿਆ ਜੀ। ਵੀ ਅਗਲਾ ਕਹਿੰਦਾ 29/5 ਨੂੰ ਉਹਦੀ ਡੈਥ ਹੋ ਗਈ ਜੀ, ਵੀ 295 ਗਾਣਾ, ਇਹ ਤਾਂ ਇਤਫਾਕ ਸਮਝ ਲਓ ਜੀ। ਐਂ ਦੇਖ ਲਓ ਵੀ ਵੋਟਾਂ ਜਿੱਦੇ ਬਾਈ ਹਰਿਆ ਨਾ ਗਾਣਾ ਗਾਇਆ, ਲੋਕੋ ਸਾਨੂੰ ਪਤਾ ਲੱਗੂ ਜਿੱਤਿਆ ਕੌਣ ਅਤੇ ਹਾਰਿਆ ਕੌਣ। 70 ਸਾਲ ਦੇ ਪੰਜਾਬ ਦੇ ਇਤਿਹਾਸ 'ਚ ਪਹਿਲੀ ਵਾਰ ਹੋਇਆ ਜੀ ਉਹ ਮੰਤਰੀ ਨੂੰ 2 ਮਹੀਨਿਆਂ ਬਾਅਦ ਹੀ ਜੇਲ੍ਹ ਹੋ ਗਈ ਜੀ, ਉਹਦੇ ਰੱਬ ਨਾਲ ਐਡਾ ਮੱਥਾ ਜੁੜਦਾ ਸੀ ਜੀ। ਜਨਾਜ਼ਾ ਗਾਣਾ ਕਰਨਾ ਨਹੀਂ ਸੀ, ਠਹਿਰ ਕੇ ਕਰਨਾ ਸੀ, ਕੱਲ੍ਹ ਜਾਂਦਾ ਜਾਂਦਾ ਕਰ ਗਿਆ। ਮੈਂ ਹੁਣ ਸਾਨੂੰ ਬਾਹਲਾ ਉੱਤੇ ਲੈ ਜਾਣਾ ਸੀ ਜੀ, ਅਤੇ ਸਾਡਾ ਇਹੀ ਮੁੱਦਾ ਗਾ ਸਿੱਧੂ ਬਾਈ ਦੀ ਇਨਸਾਫ ਦਾ ਮੁੱਦਾ ਮੈਮ। ਪਹਿਲੀ ਗੱਲ ਤਾਂ ਇਨਸਾਫ ਮੰਗਦਿਆਂ ਨੂੰ ਸ਼ਰਮ ਆਉਂਦੀ ਆ, ਜਦੋਂ ਐਡਾ ਵੱਡਾ ਸੁਪਰ ਸਟਾਰ ਚੱਲ ਜੇ ਜਿਹਨੇ ਸਾਰੀ ਦੁਨੀਆ 'ਤੇ ਨਾ ਕਰਤਾ ਹੈ ਨਾ। 29/5/2022 ਇਸ ਘੜੀ ਸੋਸ਼ਲ ਮੀਡੀਆ 'ਤੇ ਅੱਗ ਵਾਂਗੂ ਜੋ ਫੈਲ ਰਹੀ ਸੀ ਉਹ ਸੀ ਇੱਕੋ ਹੀ ਖਬਰ, ਸਿੱਧੂ ਮੂਸੇਵਾਲੇ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। 1 ਸਾਲ ਹੋ ਚੁੱਕਿਆ, ਅੱਜ ਉਹਨਾਂ ਦੀ ਪਹਿਲੀ ਬਰਸੀ ਹੈ, ਜਿਸ ਦੇ ਚੱਲਦੇ ਮਾਨਸਾ ਵਿਖੇ ਕੈਂਡਲ ਮਾਰਚ ਜਿਹੜੀ ਹੈ ਉਹ ਯਾਤਰਾ ਕੱਢੀ ਗਈ ਹੈ, ਜਿਸ ਦੇ ਵਿੱਚ ਉਹਨਾਂ ਦੇ ਪਰਿਵਾਰ, ਉਹਨਾਂ ਨੂੰ ਚੋਣ ਵਾਲੇ ਅਤੇ ਉਹਨਾਂ ਦੇ ਨਾਲ ਰਹਿਣ ਵਾਲੇ ਮੌਜੂਦ ਸੀਗੇ। ਸੋ ਅੱਜ ਸਿੱਧੂ ਨੂੰ ਯਾਦ ਕਰਦੇ ਹੋਇਆ ਉਹਨਾਂ ਦੇ ਦੋਸਤ ਪ੍ਰਦੀਪ ਸਿੰਘ ਸਿੱਧੂ ਦੇ ਨਾਲ ਗੱਲਬਾਤ ਕਰਨੀ ਚਾਹਾਂਗੇ। ਗੱਲ ਕਰਦੇ ਹਾਂ ਸਿੱਧੂ ਦੇ ਬਾਰੇ ਕਿ ਕਿਸ ਤਰ੍ਹਾਂ ਦਾ ਸਮਾਂ ਉਹਨਾਂ ਨੇ ਬਿਤਾਇਆ ਸਿੱਧੂ ਬਾਰੇ, ਸ਼ਾਇਦ ਅਸੀਂ ਕੁਝ ਹੋਰ ਵੀ ਨਵਾਂ ਜਾਣ ਪਾਈਏ। ਸਤਿ ਸ਼੍ਰੀ ਅਕਾਲ ਬਾਈ। ਸਤਿ ਸ਼੍ਰੀ ਅਕਾਲ ਮੈਮ, ਕਿਵੇਂ ਹੋ ਤੁਸੀਂ? ਬਹੁਤ ਚੰਗੇ, ਤੁਸੀਂ ਦੱਸੋ? ਬਿਲਕੁਲ ਠੀਕ ਬਾਈ। ਕਿਤਾਬਾਂ ਦਾ ਅੱਡਾ ਹੈ ਤੁਹਾਡਾ? ਮੈਮ ਐਕਚੁਅਲੀ ਮੇਰੇ ਚਾਚਾ ਜੀ ਆ ਮਨਜਿੰਦਰ ਮਾਖਾ ਜੀ, ਲੇਖਕ, ਉਹਨਾਂ ਦੀਆਂ 2 ਬੁੱਕਸ ਆਈਆਂ, ਇੱਕ ਬਲੰਡ ਲੈਨ, ਇੱਕ ਤਾਜ਼ਾ ਚੀਟ। ਤਾਂ ਉਹਨਾਂ ਦਾ ਸ਼ੌਂਕ ਸੀ, ਉੱਥੇ ਲਾਇਬ੍ਰੇਰੀ ਬਣਾਈ ਹੋਈ ਆ ਮੂਸੇ ਬੱਸ ਸਟੋਪ 'ਤੇ ਮੈਮ, ਅਤੇ ਉੱਥੇ ਹੀ ਹੁੰਦੇ ਹਾਂ, ਉੱਥੇ ਸੈਟਅਪ ਵੀ ਲਾਇਆ ਹੋਇਆ, ਥੋੜ੍ਹਾ ਜਿਹਾ ਪੋਡਕਾਸਟ ਕਰਨ ਦੀ ਕੋਸ਼ਿਸ਼ ਕਰਦੇ ਹਾਂ ਚੰਗੇ ਮੁੱਦੇ ਪੰਜਾਬ ਦੇ ਜੋ। ਅਤੇ ਸਾਡਾ ਇਹੀ ਮੁੱਦਾ ਗਾ ਸਿੱਧੂ ਬਾਈ ਦੀ ਇਨਸਾਫ ਦਾ ਮੁੱਦਾ ਮੈਮ। ਪਹਿਲੀ ਗੱਲ ਤਾਂ ਇਨਸਾਫ ਮੰਗਦਿਆਂ ਨੂੰ ਸ਼ਰਮ ਆਉਂਦੀ ਆ, ਸ਼ਰਮ ਤਾਂ ਇਹ ਹੁੰਦੀ ਆ ਵੀ ਜਦੋਂ ਐਡਾ ਵੱਡਾ ਸੁਪਰ ਸਟਾਰ ਚੱਲ ਜੇ ਜਿਹਨੇ ਸਾਰੀ ਦੁਨੀਆ 'ਤੇ ਨਾ ਕਰਤਾ ਹੈ ਨਾ ਪੰਜਾਬ ਦਾ, ਸਾਡੇ ਏਰੀਏ ਨੂੰ ਮੈਮ ਅਸੀਂ ਜਾਣਦਾ ਨਹੀਂ ਸੀ ਕੋਈ ਮਾਨਸਾ ਜ਼ਿਲ੍ਹਾ ਕਿੱਥੇ ਜੇ ਪੈਂਦਾ ਹੈ ਨਾ, ਇੱਥੋਂ ਉੱਠਿਆ ਸਾਡੇ ਲੋਕਾਂ ਨੂੰ ਸਿੱਧਰੇ ਪੱਧਰੇ ਲੋਕਾਂ 'ਚ ਉੱਠਿਆ, ਲੋਕਾਂ ਨੂੰ ਪਤਾ ਹੀ ਨਹੀਂ ਸੀ ਵੀ ਸਾਡੇ ਵਿੱਚ ਕੀ ਤੁਰਿਆ ਫਿਰਦਾ। ਅਸੀਂ ਵੀ ਉਹਨੂੰ ਇੱਕ ਆਮ ਇਨਸਾਨ ਸਮਝਦੇ ਜਿਹੜਾ ਸਾਡੇ ਨਾਲ ਦਿਨ ਦੇ 5 ਘੰਟਿਆਂ 'ਚੋਂ 4 ਘੰਟੇ ਚੁਟਕਲਿਆਂ 'ਚ ਰਹਿੰਦਾ ਸੀ, ਜਿਹੜਾ ਜਿਹਨੂੰ ਸੋਚਦੇ ਜਿਹਦਾ ਗਾਣਾ ਸੁਣਦੇ ਸੀ ਘਰੇ ਆ ਕੇ ਕਹਿੰਦਾ ਪ੍ਰਦੀਪ ਆਹ ਗਾਣਾ ਆਊਗਾ, ਜਾਂ ਸੁਣਦੇ ਨੋ ਨੇਮ ਈ ਪੀ ਆਈ ਮੈਮ 10 ਤਰੀਕ ਨੂੰ ਵੋਟਾਂ ਦਾ ਰਿਜ਼ਲਟ ਆਇਆ, ਬਾਈ ਦੁਖੀ ਹੋਇਆ ਘਰੇ ਬੈਠੇ ਸੀ। ਚਲੋ ਇੰਨਾ ਪੋਜ਼ਿਟਿਵ ਇਨਸਾਨ ਸੀ ਮੈਮ, 11 ਤਰੀਕ ਨੂੰ ਚੰਡੀਗੜ੍ਹ ਵੱਗ ਗਿਆ ਜੀ, 15 ਤਰੀਕ ਨੂੰ ਵਾਪਸ ਆਇਆ, 16 ਤਰੀਕ ਨੂੰ ਅਸੀਂ ਘਰੇ ਖੜੇ ਹਾਂ ਜੀ, ਮੇਰੇ ਕੋਲ ਸਨੈਪਚੈਟਾਂ ਪਈਆਂ ਫੋਨ 'ਚ, ਅਤੇ ਕਹਿੰਦਾ ਅੱਜ ਤੁਹਾਨੂੰ ਮੈਂ ਟੇਪ ਸੁਣਾਉਣਾ ਜਿਹੜੀ ਆਪਾਂ ਟੇਪ ਕੀਤੀ ਆ। ਅਸੀਂ ਸਾਰੀ ਟੇਪ ਸੁਣੀ ਮੈਮ, ਤਾਂ ਉਹ ਬੰਦਾ ਦੇਖ ਲਓ ਤੁਸੀਂ 5 ਦਿਨਾਂ 'ਚ ਇੱਕ ਬੰਦੇ 'ਤੇ ਐਡਾ ਵੱਡਾ, ਜਦੋਂ ਹਾਈਪ 'ਤੇ ਹੋਵੇ ਇੱਕੋ ਲੱਗ ਤਾਂ ਇੰਨਾ ਫਾਲ ਡਾਊਨ ਆ ਜੇ, ਬੰਦਾ ਹਾਰ ਜੇ ਜੀ, ਤਾਂ ਉਹਨੇ 5 ਦਿਨਾਂ 'ਚ ਆਪਣੀ ਐਨਰਜੀ ਸੀ ਜਿਹੜੀ ਉਹ ਪੋਜ਼ਿਟਿਵ ਪਾਸੇ ਲਾਈ, 5 ਦਿਨਾਂ 'ਚ 5 ਗਾਣੇ ਬਣਾਏ ਮੈਮ, ਅਤੇ ਈ ਪੀ ਆ ਕੇ ਸੁਣਾਈ ਜਦੋਂ, ਅਤੇ ਉਹ ਈ ਪੀ ਤੁਸੀਂ ਆਪ ਦੇਖ ਲਓ ਜੀ। ਅਸੀਂ ਕਹਿ ਵੀ ਦਿੰਦੇ ਸੀ ਬਾਈ ਵੀ ਆਹ ਗਾਣਾ ਆਇਆ, ਨਹੀਂ ਨਹੀਂ ਤੁਹਾਨੂੰ ਨਹੀਂ ਪਤਾ ਇਹ ਬਾਹਲਾ ਚੱਲਣਾ,
जो 295 गाना सुनाया ना मैं रिलीज़ होने तो तकरीबन 1.5 महीने पहला मैं कहता भाई आप चक्कमे धर्मे गाने सुनते हैं भी अपने दे आप की गाता भाई तू मैं तो समझ नहीं आई कहता प्रदीप दुनिया सुनया करूगी तो सच्ची गल है जी दुनिया सुनती है जी साध बंदा सी जी मैं एक गल होर जी जिवें एडे एडे सुपरस्टार है जी रोटी खाने लगे ना जी देखते भी आप कितने बह के रोटी खाइए पहले तो होटल चूज करते फिर डिश चूज करते फिर खाते जी मैंने प्रदीप कहना 10:30 बजे मैंने कहना प्रदीप खेड के हटे असं 4 ही जाने जी कहना प्रदीप रोटी खानी है मैं संघ जी ने कहा बई हाँ रोटी खा लें बई कहना घरें की बनया मैं क्या मैं पूछा मम्मी मम्मी कहती मूंगी बनी है मैं शर्म जी आई भी मैं की आखूंगा बई भी मूंगी बनी है घरें मैं बई मूंगी बनी है घरें कहना लिया घरें 18 रोटियां मैम मम्मी ने गिण के पातियां तो 16 रोटियां मूंगी की दाल ना खा गया मैम मैंने कहता प्रदीप कि बच गई मैं दो बच गया बई कहना गुड़ धर के दे दे दो गुड़ ना खा गया जी तो फिर वो गल्लां सुन के हुण जो घरे जाने जी बेबस मापियां नूं देखदे आ भी कितने तो जो उन्हां दा पुत चला गया सीगा जी भी कम से कम वो घरे ऐ तां बह जांदे भी हाँ जिन्हां ने मारिया जी उन्हां नूं सज़ा गई उन्हां दा थोड़ा जिहा तां कितने ना कितने 5% तां उन्हां दे सीने नूं ठंड पैंदी जी जी भाई मैं बिल्कुल समझ सकदी हां तुसीं क्या साध बंदा सी आम जिहा बंदा सी ओह आम बंदा साध बंदा जदों टिब्बियां दा पुत हो के बिलबोर्ड ते गया ਉਹ ਇੱਕ ਭਰਾ ਲਈ ਇੱਕ ਦੋਸਤ ਲਈ ਕਿਹੋ ਜਿਹਾ ਫੀਲ ਸੀ ਮੈਂ ਤੁਹਾਨੂੰ ਦੱਸਦਾ ਜੀ ਅਸੀਂ ਜਨਮ ਦਿਨ ਬਾਈ ਦਾ ਮਨਾਇਆ ਜੀ ਸਾਡੇ ਸਕੂਲ ਸਾਡੇ ਪਿੰਡ ਸਾਡੇ ਨਾਲ ਜ਼ਿਆਦਾ ਲਗਾ ਸੀ ਕਿਉਂਕਿ ਮੈਮ ਅਸੀਂ ਇੱਕ ਸਾਡਾ ਇੱਕ ਅਸੂਲ ਸੀ ਜੀ ਸਿੱਧੂ ਬਾਈ ਨੂੰ ਅਸੀਂ ਕਦੇ ਐਂ ਨਹੀਂ ਕਿਹਾ ਸੀ ਮੇਰਾ ਦੋਸਤ ਆਇਆ ਬਾਈ ਫੋਟੋ ਖਿਚਾ ਲਾ ਜਾਂ ਅਸੀਂ ਉਹਨੂੰ ਆਪ ਕਿਹਾ ਬਈ ਸਾਡੇ ਨਾਲ ਫੋਟੋ ਖਿਚਾ ਲਾ ਉਹ ਸਾਡੇ ਨਾਲ ਇਹੋ ਜਿਹੀ ਮਿੱਤਰਤਾ ਰੱਖਦਾ ਸੀ ਮੈਮ ਇੱਥੋਂ ਤੱਕ ਕਿ ਸਾਡੀਆਂ ਨਾ ਮੇਰਾ ਛੋਟਾ ਭਾਈ ਹੈ ਜੀ ਉਹਦੀਆਂ ਵੀ ਸਨੈਪਚੈਟਾਂ ਚੈੱਕ ਕਰਦਾ ਰੋਜ਼ ਦੀਆਂ ਰੋਜ਼ ਐਡਾ ਵੱਡਾ ਸੁਪਰਸਟਾਰ ਮੈਂ ਰਾਤ ਨੂੰ 1 ਵਜੇ ਸੌਰੀ ਟੂ ਸੇ ਮੇਰੀ ਡਰਿੰਕ ਕੀਤੀ ਥੋੜ੍ਹੀ ਜੀ ਮੈਂ ਕਿਹਾ ਸੋਨਮ ਬਾਜ ਵਾਲਾ ਗਾਣਾ ਲਾਓ ਕਿੱਲ ਦਿਲ ਉਹ ਬਾਈ ਐਂ ਦੂਰ ਚੇਅਰ 'ਤੇ ਬੈਠਾ ਅਤੇ ਉਹ ਕਹਿੰਦਾ ਉਰੇ ਆ ਸੋਨਮ ਬਾਜ ਮੈਨੂੰ ਮੈਮ ਰਾਤ ਨੂੰ 1 ਵਜੇ ਵੀਡੀਓ ਕਾਲ ਕੀਤੀ ਕਹਿੰਦਾ ਮੁੰਡੇ ਤਿੰਨ ਚਾਹ ਪੀਣਾ ਮੰਗਦੇ ਆ ਅਤੇ ਅਸੀਂ ਹੈਰਾਨ ਜੀ ਵੀ ਸੋਨਮ ਬਾਜਵਾ ਨਾਲ ਅਸੀਂ ਵੀਡੀਓ ਕਾਲ ਕਰਦੇ ਹਾਂ ਆਸਿਮ ਰਿਆਜ਼ ਮੈਮ ਅਸੀਂ ਬਿਗ ਬੋਸ ਦੇਖਿਆ ਜੀ ਸਾਡੇ ਸਕੂਲ 'ਚ ਆਇਆ ਮੈਂ ਇਹੀ ਸੋਚੀ ਜਾਂਦਾ ਵੀ ਕਿੱਥੇ ਮਾਂ ਪਹਿਲਾਂ ਪੰਜਾਬ ਆਇਆ ਉਹ ਪੰਜਾਬ 'ਚ ਉਹਨੇ ਆਹ ਟਿੱਬਿਆਂ ਵਾਲਾ ਇਲਾਕਾ ਸਾਡਾ ਮਾਨਸਾ ਭਾਲਿਆ ਉਹ ਫਿਰ ਸਾਡੇ ਪਿੰਡ ਭਾਲੇ ਹੋਣਗੇ ਜੀ ਰਿਸ਼ਤੇ ਸਿੱਧੂ ਮੂਸੇਵਾਲਾ ਕਰਕੇ ਹਾਂ ਜੀ ਆਸਿਮ ਰਿਆਜ਼ ਮੈਮ ਸਾਡੇ ਕੋਲ ਰੋਜ਼ ਉੱਥੇ ਜੀ ਜਿਹੜੇ ਹੁਣ ਸੁਪਰਸਟਾਰ ਆ ਜਿਹਨਾਂ ਨੂੰ ਅਸੀਂ ਕਹਿੰਦੇ ਹਾਂ ਵੀ ਕਲਾਕਾਰ ਮਗਰ ਨਹੀਂ ਆਉਂਦੇ ਜੀ ਅਸੀਂ ਆ ਦਿੱਲੀ 'ਤੇ ਬਿਠਾ ਮੁੜੇ ਹੋਏ ਆ ਜੀ ਕੱਲ੍ਹਾਂ ਨੂੰ ਦੇਖਣ ਦੇ ਮਾਰੇ ਐਵੇਂ ਦਿੱਲੀ 'ਤੇ ਬਹਿ ਕੇ ਬਾਈ ਸਾਨੂੰ 5 ਮਿੰਟ ਬਾਅਦ ਟਾਈਮ ਦੇ ਦੂ ਅਤੇ ਉਹ ਬੰਦੇ ਨੇ ਇਹੋ ਜਿਹੇ ਬੰਦੇ ਦੀ ਹੈਲਪ ਕੀਤੀ ਆ ਜਿਹਨਾਂ ਦਾ ਕੈਰੀਅਰ ਕੀ ਜਿਹਨਾਂ ਦੇ ਘਰ ਰੋਟੀ ਵੀ ਨਹੀਂ ਪੱਕਦੀ ਸੀ ਜੀ ਸੋ ਸਿੱਧੂ ਨੇ ਬਹੁਤ ਮਾਣ ਮਹਿਸੂਸ ਕਰਾਇਆ ਤੁਹਾਡੇ ਵੀ ਸਿਰ 'ਤੇ ਦਸਤਾਰ ਸੱਜੀ ਹੋਈ ਹੈ ਨਾ ਸਿੱਧੂ ਨੇ ਇਹਦਾ ਵੀ ਮਾਣ ਵਧਾਇਆ ਪੂਰੇ ਮਤਲਬ ਇੰਟਰਨੈਸ਼ਨਲ ਲੈਵਲ 'ਤੇ ਜਦਕਿ ਰੇਸਿਜ਼ਮ ਦਾ ਉਹਨੂੰ ਫੇਸ ਵੀ ਕਰਨਾ ਪਿਆ ਸੀਗਾ ਸੋ ਕਿਸ ਤਰ੍ਹਾਂ ਦੀਆਂ ਗੱਲਾਂ ਸਾਂਝੀਆਂ ਕਰਦਾ ਸੀ ਸਿੱਧੂ ਕਿਹੜਾ ਗੱਲਾਂ 'ਤੇ ਹੱਸਦਾ ਸੀ ਕਿੱਦਾਂ ਉਹ ਪੋਜ਼ਿਟਿਵ ਰਹਿੰਦਾ ਮੈਮ ਉਹ ਪਤਾ ਕੀ ਚੱਕਰ ਸੀ ਜੀ ਉਹਦਾ ਇੱਕ ਅਸੂਲ ਉਹਦਾ ਜਿਵੇਂ ਉਹ ਸਾਡੇ ਪਿੰਡਾਂ ਦਾ ਮਾਹੌਲ ਹੁੰਦਾ ਜੀ ਸਾਡੇ ਪਿੰਡਾਂ ਦਾ ਮਾਹੌਲ ਆ ਵੀ ਅਸੀਂ 4 ਦੋਸਤ ਇਕੱਠੇ ਹੋ ਗਏ ਤਾਂ ਅਸੀਂ ਵੀ ਚਾ ਇਹ ਨਹੀਂ ਪਤਾ ਵੀ ਕਿਹੜੇ ਹੱਦ ਤੱਕ ਅਸੀਂ ਕਮਲ ਮਾਰ ਦਈਏ ਕਿਹੜੇ ਹੱਦ ਤੱਕ ਉਹਨੂੰ ਐਂ ਸੀਗਾ ਵੀ ਜੀ ਮੈਂ ਉਹਨਾਂ ਲੋਕਾਂ ਕੋਲ ਨਹੀਂ ਬੈਠਣਾ ਜਿਹੜੇ ਉਹਨੂੰ ਕਹਿਣ ਸਿੱਧੂ ਬਾਹਲਾ ਤਕੜਾ ਬਾਈ ਤੂੰ ਆਹ ਗਾਣਾ ਤੇਰਾ ਬਾਹਲਾ ਬੰਬਾ ਯਾਰ ਬਾਈ ਐਂ ਹੋ ਗਿਆ ਨਾ ਯਾਰ ਵੀ ਜਿਹਨਾਂ ਨੂੰ ਮਤਲਬ ਹੀ ਨਾ ਹੋਵੇ ਮੈਂ ਸਿੱਧੂ ਮੂਸੇਵਾਲਾ ਅਤੇ ਸਾਨੂੰ ਮੈਮ ਸੱਚੀ ਉਹ ਮਤਲਬ ਨਹੀਂ ਸੀ ਵੀ ਸਿੱਧੂ ਮੂਸੇਵਾਲਾ ਜੀ ਅਤੇ ਸਾਡੇ ਕੋਲ ਐਂ ਦਾ ਉਹ ਪਹਿਲਾਂ ਜੇ ਮੈਂ ਅਸੀਂ ਨਾਲ ਗਏ ਹੁੰਦੇ ਕਿਤੇ ਕਿਸੇ ਮਰਜ਼ੀ ਬੰਦਾ ਕੋਈ ਆਇਆ ਹੁੰਦਾ ਪਹਿਲਾਂ ਉਹ ਸਾਨੂੰ ਕਹਿੰਦਾ ਤੁਸੀਂ ਬੈਠੋ ਫਿਰ ਤੀਜੇ ਬੰਦੇ ਨੂੰ ਕਹਿੰਦਾ ਵੀ ਤੁਸੀਂ ਬੈਠੋ ਸਾਨੂੰ ਐਂ ਫੀਲ ਨਹੀਂ ਕਰਾਉਂਦਾ ਵੀ ਮੈਂ ਤੁਸੀਂ ਸਿੱਧੂ ਨਾਲ ਆਏ ਹੋ ਤਾਂ ਤੁਸੀਂ ਐਂ ਹੋਵੋਗੇ ਸਾਡਾ ਮਾਣ ਆਪਦੇ ਤੋਂ ਉੱਪਰ ਰੱਖਦਾ ਸੀ ਜੀ ਅਤੇ ਕਦੇ ਉਹਨੇ ਐਂ ਨਹੀਂ ਸਮਝਿਆ ਸੀ ਮੈਮ ਮੈਂ ਪਹਿਲਾਂ ਵੀ ਇੱਕ ਇੰਟਰਵਿਊ 'ਚ ਕਿਹਾ ਮੇਰੇ ਡੈਡੀ ਦੀ ਡੈਥ ਹੋਈ ਪਹਿਲਾਂ ਤਾਂ ਉਹਨਾਂ ਨੇ ਬਹੁਤ ਹੈਲਪ ਕੀਤੀ DMC ਹਸਪੀਟਲ ਡਾਕਟਰਾਂ ਨੂੰ ਕਿਹਾ ਅਤੇ ਮੇਰੇ ਘਰ ਨੂੰ ਨਾ ਰਸਤਾ ਜਾਂਦਾ ਉਹਦੇ ਤਕਰੀਬਨ ਸਾਰੇ ਰਸਤੇ 'ਤੇ ਰੂੜੀਆਂ ਜੀ ਆਸੇ ਪਾਸੇ ਪਈ ਅਤੇ ਸਾਡਾ ਦੂਰ ਘਰ ਆ ਅਤੇ ਦਰਖਤ ਵੱਡੇ ਪਏ ਗੱਡੀ ਗਾਹ ਨਹੀਂ ਗਈ ਉਹ ਰੂੜੀਆਂ 'ਚ ਖੜਾ ਰਿਹਾ ਜੀ ਅਤੇ ਘੱਟੋ ਘੱਟ 1/2 ਘੰਟਾ ਅਤੇ ਉਹ ਰੂੜੀਆਂ 'ਚ ਖੜ ਕੇ ਮੇਰਾ ਮਾਣ ਵਧਾਉਣ ਲਈ ਮੈਨੂੰ ਆਸਣ ਲਾਉਣ ਲਈ ਆ ਜਿਆ ਕਰ ਆਪਾਂ ਵੋਟਾਂ 'ਚ ਆਪਾਂ ਐਂ ਕਰਿਆ ਕਰਾਂਗੇ ਰੋਜ਼ ਮੈਂ ਵੋਟਾਂ 'ਚ ਸੁਬਾਹ ਉੱਠ ਕੇ ਮੈਨੂੰ ਵੋਟਾਂ ਦੇ ਇੰਨੇ ਮੈਮ ਇੱਥੋਂ ਤੱਕ ਕਿ ਮੇਰੇ ਕਜ਼ਨ ਬ੍ਰਦਰ ਦਾ ਵਿਆਹ ਜੀ ਵੋਟਾਂ ਦਾ ਬਿਜੀ ਸ਼ਡਿਊਲ ਜੀ ਮੈਂ ਰਾਤ ਨੂੰ 12:30 ਵਜੇ ਫੋਨ ਲਾ ਕੇ 10:30 ਵਜੇ ਫੋਨ ਲਾ ਕੇ ਐਂ ਕਹਿੰਦਾ ਮੇਰੀ ਭਰਜਾਈ ਨੂੰ ਤੁਸੀਂ ਵਧਾਈਆਂ ਦਿਓ ਬਾਈ ਵਧਾਈਆਂ ਬਾਈ ਵਧਾਈਆਂ ਜੀ ਮੈਂ ਕਿਹਾ ਬਾਈ ਮੇਰੀ ਭਰਜਾਈ ਨੂੰ ਵਧਾਈਆਂ ਨਹੀਂ ਸੁਣੀਆਂ ਸਮਾਰ ਕੇ ਵਧਾਈਆਂ ਦਿਓ ਉਹਨੇ ਕਦੇ ਮੈਮ ਸਾਨੂੰ ਇਹ ਨਹੀਂ ਫੀਲ ਕਰਾਇਆ ਸੀ ਵੀ ਮੈਂ ਐਡਾ ਵੱਡਾ ਬੰਦਾ ਅਤੇ ਸਾਡੇ ਏਰੀਏ 'ਚ ਇਹੋ ਜਿਹੇ ਲੋਕ ਵੀ ਆਉਣ ਲੱਗ ਜਾਣਗੇ ਜੀ ਬਹੁਤ ਅੱਛੀ ਗੱਲ ਹੈ ਸੋ ਉਹ ਗੱਲ ਵਿੱਚ ਹੀ ਰਹਿ ਗਈ ਜਦੋਂ ਬਿਲਬੋਰਡ ਵਾਲੀ ਗੱਲ ਤੁਹਾਨੂੰ ਪਤਾ ਲੱਗੀ ਬਿਲਬੋਰਡ ਵਾਲੀ ਗੱਲ ਪਤਾ ਲੱਗੀ ਮੈਮ ਪਹਿਲਾਂ ਤਾਂ ਸਾਨੂੰ ਪਤਾ ਹੀ ਨਹੀਂ ਸੀ ਬਿਲਬੋਰਡ ਕੀ ਹੁੰਦਾ ਜੀ ਹਾਂ ਕਿਉਂਕਿ ਸਿੱਧੀ ਪੱਧਰੀ ਗੱਲ ਹੈ ਜੀ ਨਾ ਤਾਂ ਇਹੋ ਜਿਹਾ ਆਪਣਾ ਉਹ ਵੀ ਜਾਣਦੇ ਹੋ ਜੀ ਕੈਰੀਅਰ ਇੱਧਰਲੇ ਪਾਸੇ ਆ ਜਦੋਂ ਪਤਾ ਲੱਗਿਆ ਵੀ ਸਰਚ ਕੀਤਾ ਬਿਲਬੋਰਡ ਫਿਰ ਉੱਥੇ ਪਤਾ ਲੱਗਿਆ ਵੀ ਦੁਨੀਆ ਕਿੱਡੀ ਆ 700 ਕਰੋੜ ਦੀ ਪਾਪੂਲੇਸ਼ਨ ਆ ਉਹ 'ਚ ਇੱਕ ਸਾਡੇ ਪਿੰਡਾਂ ਦਾ ਮੁੰਡਾ ਸਾਡਾ ਭਾਈ ਜਿਹੜਾ ਸਾਡੇ ਨਾਲ ਬਹਿੰਦਾ ਚਾਹ ਪੀਂਦਾ ਉਹ ਉੱਥੇ ਬੈਠਾ ਅਤੇ ਇਹ ਇੱਥੇ ਬੈਠਾ ਐਂ ਸੋਚ ਕੇ ਹੈਰਾਨੀ ਆਉਂਦੀ ਆ ਵੀ ਬਿਲਬੋਰਡ ਫਿਰ ਸੋਚੀ ਆਇਆ ਕਰੀਏ ਫਿਰ ਮਾੜਾ ਜਿਹਾ ਐਂ ਸੋਚ ਦੇਖਿਆ ਕਰੀਏ ਬਾਈ ਕੰਨੀ ਵੀ ਸੱਚੀ ਹੋ ਬਾਈ ਤੂੰ ਉੱਥੇ ਆ ਯਾਰ ਉਹ ਕਹਿ ਦਿੰਦਾ ਛੋਟੀਆਂ ਗੱਲਾਂ ਆਪਾਂ ਬਾਹਲੇ ਉੱਚੇ ਹਾਂ ਸਾਨੂੰ ਕਹਿ ਦਿੰਦਾ ਬਾਈ ਬਾਈ ਆਹ ਯਾਰ ਆਪਣੇ ਐਂ ਕਰਦੇ ਆ ਉਹ ਨਹੀਂ ਇਹ ਆਪਣੇ ਭਾਈ ਆ ਸਾਰੇ ਇਹਨਾਂ ਨੂੰ ਪਤਾ ਹੀ ਨਹੀਂ ਆਪਾਂ ਕੀ ਹਾਂ
वो कहें इन्ह रेसा के घोड़े नहीं अपना बड़िया रेसा के घोड़े क्या बात है। सर मैं देख रही हूँ तो बांह से बहुत सोहना टैटू खुंडवाया हो इन्होंने सिद्धू का लेजेंड्स राइज ऑन पावर राइज इन पावर जी बहुत सोहनी तस्वीर तुम बनाई हुई है वीरे सिद्धू की हसद हो देखो जी जी फोन बंद हो गया एक्चुअली मैं ये फोन भी ये फोटो का भी एक इंसीडेंट है जी, जी, जी। मैं स्नैपचैट पाई मैं जाई जावा तो मैं कैमरा रखता मैं कैमरा लिया स्नैपचैट चेक की क्या घरे आ जा मैं अंदरले घर से कहना कैमरा लिया आया मैं बधाइया कहना चल अपनी फोटो मैं खिंच पहली फोटो मैं आपके कैमरे सिद्धू बाई तो मेरी फोटो जी उही मैं खंडवाई आ दोनों की कट्ठिया की तो उत्थे गनमैन खड़े वो भी थोड़ा जहा बाई उन्होंने टाइम ऐ नहीं कहता मेरा फोटो खिचाओ वो भी कहते बाई ना सा फोटो खिचा दे तक जो नाल आने जी वो भी उन्होंने इन्ना प्यार करते भी उन्होंने फैमिली की तरह रेंदे सी जी तुम क्या भी सिद्धू जो इतने बहुत सगा तो मुंडे वेट करते पर भी सबन समा दिता अज ये बहुत इकट्ठ होया हो पर सारा इकट्ठ जरा है उदासी भरया है ये सारा इकट्ठ जरा है नमोश है बेबस है तो कितने ना कि महसूस कर रहा है कि बेटैमी मौत जी है सिद्धू की झोली में पै गई है असं यही चाहते हैं भी जो उन्हें इन्नी तरक्की की उन्हें आपकी तरक्की देखनी सी जी लाइफ जीनी सी जी क्योंकि लाइफ तो बिना कुछ नहीं जी तो हूँ तो साढ़े अज तो सू साथ देने वाले इन्ने सू पता बाई में बहुत प्यार करते लोग रोज़ लोग आते हैं बट जो कले हों कई बार घर उत्थे तो वह चीज़ा देख के वह पहल यादा आ जाए इतने वो खड़ा आ सू जामन थले याद जामन थले बह के असं कुर्सी पर बैठे होंगे तो उत्थे ट्रैक्टर खड़ा होंगे अपन आही नवी चीज़ होंगी उन्हें कोई नहीं संघना सी मैम मेरे सामने सामने एडे वे वे गाने आ जोड़े सुपरहिट आ जोड़े मेरे सामने सामने उन्हें लीक हो जिमें संजू गाँव साढ़े सामने पाँच मिनट लीक हो गया कहना यार माड़ा जहा धक्का करके लीक पांच क दिन लेट कर दें अपन बड़ा सरप्राइज देंगे संजय दत्त ले आते कहें खुश दिल ते दलेर वो आपके गाने तो जमा पॉजिटिव अलगदा सी जी भी गाने वो होर टाइप के सी ते वो आप होर टाइप का सी जी आप तो वो घरों डरन वाला सारा ही रिस्पैक्ट करने वाला जिद नाल वरतदा उहदे नाल फैमिली तक वरतना हमेशा एक बंदे नूं कहना भी आपकी माँ प्यो की सेवा करो माँ प्यो की सेवा तो बड़ा कुछ नहीं जी जी तुसीं हुणे कहा भी जिद्दां मैं देखिया भी सिद्धू दा थोड़ा ओरा बड़ा है ना सारे कहिंदे भी उहदे अंदर एक छोटा बच्चा सीगा पर उदां देखण च उहदा ओरा काफ़ी घैंट सीगा पर तुसीं कहा भी उह घरों डरदा सीगा मैम घरों डरन दा मीनस भी जिमें एडे एडे गायक जी दसते भी नहीं असं कित्थे रहने भी कित्थे असीं बैठे आपकी मम्मी नाल नहीं पता तीन दिन बाद गल होवे नहीं जी तड़के रोटी मम्मी अद्धी खानी उन्हें उत्थी फटा के जानी जिम्मे निक्का हुंदा खांदा सी जी ते उन्हें मम्मी नूं फोन करके भी दसना उन्हें ऐ भी सही दसना जी मैं किन्ने टाइम च आ रहा जी ऐ भी नहीं कदे कहना नहीं भी असं आप भी कहने घंटे जाके लग तीन घंटे जाते उन्हें नहीं जी जिन्हें तीन घंटे लगने उन्हें तीन घंटे कहने भी मैं आ गया हाँ कई बार हूँ उत्थे स्कूल झूले है जी निके बच्चों के 14 साल की उम्र तक असं कह दें बई एक तो भी कद एडा तो एक बई अपना आप आम इंसान तो ही व्डे हाँ तो तुम ना बैठो टुट जाएंगे नहीं यार मेरा इन्हें तो जी करता झूटे लैन तो उत्थे सारा दिन असी बर्थडे वाले दिन प्लैन किए ऐतकी वाला बर्थडे कहना कैंट बना फिर ब्याह की गल आ ब्याह कह दिया 15 दिन चलाना ब्याह अपना हाँ भी ब्याह का पता लगे भी आप हाँ भी सिद्धू का ब्याह हो वीर दिल च कोई होर दबी गल है जी साझी करना चाहता है सिद्धू नूं प्यार करन वाले बई अई हाँ भी साडा सिद्धू बई सी ना जिहड़ा जी एक इतफाक हुंदे आ भी अगला कहना 29/5 की डैथ हो गई जी भी 295 गाना ये तो इतफाक समझ लो जी तुम ए देख लो भी वोटा जिद्दे बई हरियाणा गाना गाया लोगों सूँ पता लगू जितया कौन तो हारिया कौन 70 साल के पंजाब के इतिहास पहली बार होया जी वो मंत्री 2 महीने बाद ही जेल हो गई जी वो रब नाल एडा मत्था जुड़ता सी जी जनाजा गाना करना नहीं सी ठहर के करना सी कल कर जाता जाता कर गया तो मैम उन्हें सानू बाला उत्ते लै जाना सी जी साना हुण चंडीगढ़ जाके भी छोटे फील करते हैं आपदे आप नूं जदों हुंदा सी कनेडा जाके भी ऐ कहंदे हुंदे सी मूसे दे आ भाई पिछे हो के गल कर बस इन्ना फर्क सी जी ते सिद्धू नूं भाई इंसाफ सरकार नूं बेनती आ भी एक बारी माँ प्यो नूं टाइम दिता जाए मिलिया जाए उन्हें दुख तकलीफां सुनिया जाण बाले बेबस ते कल्ले रह गए बेचारे सारा पंजाब रोंदा एक बारी इंसाफ दी तरली आ भाई साडी होर तां कुछ नहीं क्योंकि साल तो उत्ते हो गया ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਬਹੁਤ ਧੰਨਵਾਦ ਵੀਰੇ ਤੁਹਾਡਾ ਸਿੱਧੂ ਬਾਰੇ ਜਿਹੜੀਆਂ ਪੋਜ਼ਿਟਿਵ ਗੱਲਾਂ ਉਹਨਾਂ ਦੀ ਜ਼ਿੰਦਗੀ ਨਾਲ ਜੁੜੀਆਂ ਗੱਲਾਂ ਜਿਹਨਾਂ ਨੇ ਸਾਨੂੰ ਸਮਾਈਲ ਦਿੱਤੀ ਹੈ ਉਹਦੇ ਲਈ ਬੜਾ ਧੰਨਵਾਦ ਹੈ ਤੁਹਾਡਾ ਬਹੁਤ ਸ਼ੁਕਰਗੁਜ਼ਾਰ ਹਾਂ ਸੋ ਇਸੇ ਤਰ੍ਹਾਂ ਹੱਸਦੇ ਵਸਦੇ ਰਹੋ ਆਈ ਐਮ ਸ਼ੋਰ ਕਿ ਸਿੱਧੂ ਨੇ ਤੁਹਾਨੂੰ ਹਮੇਸ਼ਾ ਕੋਈ ਨਾ ਕੋਈ ਸਲਾਹ ਦੇ ਕੇ ਕਿਹਾ ਹੋਏਗਾ ਵੀ ਅੱਗੇ ਵਧੋ ਕੀ ਤੁਸੀਂ ਸਾਂਝਾ ਕਰਨਾ ਚਾਹੋਗੇ ਮੈਮ ਉਹ ਇਹ ਕਹਿੰਦਾ ਹੁੰਦਾ ਸੀ ਵੀ ਮਨੁੱਖ ਤੋਂ ਵੱਡਾ ਕੋਈ ਮਨੁੱਖ ਨਹੀਂ ਕਿਸੇ ਨੂੰ ਐਂ ਨਾ ਦਿਖਾਓ ਵੀ ਤੁਸੀਂ ਇਹਦੀ ਈਨ ਮੰਨ ਰਹੇ ਹੋ ਜੇ ਤੁਸੀਂ ਅਗਲੇ ਨੂੰ ਮੂਹਰਲੇ ਨੂੰ ਐਂ ਦਿਖਾਓਗੇ ਤੁਸੀਂ ਉਹਦੀ ਈਨ ਮੰਨ ਰਹੇ ਹੋ ਨਾ ਤਾਂ ਮੂਹਰਲਾ ਤੁਹਾਨੂੰ ਦੱਬੂਗਾ
आपदे आप नूं ऐ समझो जे तुहाडे कोल कख भी नहीं ना वी मैं सारिआं नूं वड्डा जे तुसीं ऐ समझो कि मैं सारिआं नूं वड्डा तां लोक सानूं ऐ लगणगे वी हाँ मेरे हाँ आंदे आ जे नहीं कहिंदा आपां नूं इह जिहड़े तहाले आ इह नप्प लैणगे आपां मिडल क्लास हाँ आपां भी दिखा सकदे आं वी साडा वी लाइफ स्टाइल असीं पिंडां 'च रहि के वी इहो जिहा कुछ कर सकदे आं मैम साढ़े गाने साढ़े सामने वो किड वीरा थले खड़ा साढ़े स्टूडियो स्कूल च गाने बनाए हुए मैम जिहड़े अज तक जिहड़े तकड़े आ एक दिन एक गल होर मैम जांदा आ तुहानूं दसदा दुबई शो बाई दा दुबई शो जाण तों पहलां तैयारी नहीं करदे रिहर्सल कर दिंदे आ साढ़े स्कूल चक लैंदे सारे ड्रम मैम मैनूं सानूं कहिंदा आ जाओ सानूं कहिंदा 50 लाख वाला शो फ्री च दिखावां सानूं मूहरे बिठा लिया कहिंदा 50 लाख वाला शो सानूं मूहरे दिखावां आ जाओ फिर उह गाया असीं 2 घंटे सुनी गए असीं आखिया भाई ठीक आ टिकट बाली है कहिंदा इहदी लोक तरसदे आ ते तुसीं करम वाले हो कहिंदा जिहड़े मेरे बूठे बैठे सुनी जांदे हो सच्चो असीं करम वाले सी जी हांजी कई बार इंसान उस वक्त नहीं समझ पांदा सिद्धू दे गीतां वांगू बाद च समझ आ एक सदी है ना जी क्योंकि इतिहास आ जी इतिहास लिखिया जाणा सिद्धू मूसेवाल दा नां लिखिया जाणा जे करोना टाइम ना हुंदा शायद साडे उह इन्ना नेड़े ना हुंदा जी ते उहने कोई भी चीज़ लैणी ता ਸਾਡੇ ਉੱਥੇ ਗਰਾਊਂਡ ਆ ਨਾ ਜਿਹੜਾ ਜੀ ਉਹਨਾਂ ਨੂੰ ਪੈਲ 'ਤੇ ਰੱਖਣਾ ਉਹ ਆਪਾਂ ਜੀਪ ਲਿਆਂਦੀ ਆ ਜਾਓ ਚੜ੍ਹੋ ਸਾਰੇ ਉਹਨੇ ਐਂ ਨਹੀਂ ਦੇਖਣਾ ਜੀ ਅਤੇ 50 ਜਣੇ ਚੜ੍ਹ ਕੇ ਨਵੀਂ ਚੀਜ਼ ਟੁੱਟ ਜੂ ਨਾ ਸੁੱਟ ਤੋਂ ਵੱਡੀ ਕੁਛ ਨਹੀਂ ਉਹਦਾ ਇੱਕ ਨਿੱਕੇ 7 ਸਾਲ ਤੋਂ ਲੈ ਕੇ ਜੀ 28 ਸਾਲ 'ਤੇ ਹਰ ਇੱਕ ਬੱਚੇ ਤੱਕ ਦਾ ਉਹਦੇ ਨਾਂ ਯਾਦ ਹੁੰਦਾ ਸੀ ਅਤੇ ਉਹਨੂੰ ਨਾਂ ਨਾਲ ਹੀ ਬੁਲਾਉਣਾ ਸੀ ਜੀ ਅਤੇ 2000 ਬੰਦੇ 'ਚ ਜੇ ਮੈਂ ਖੜਾਂਗਾ ਤਾਂ 2000 ਬੰਦੇ 'ਚ ਉਹਨੇ ਮੈਨੂੰ ਬਾਏ ਨੇਮ ਵੀ ਬੁਲਾਉਣਾ ਅਤੇ ਬਾਏ ਨੇਮ ਵੀ ਕਹਿਣਾ ਵੀ ਉਰੇ ਆ ਸੋ ਬਹੁਤ ਅੱਛੀ ਗੱਲ ਹੈ ਉਹੀ ਗੱਲ ਹੈ ਟਿੱਬਿਆਂ ਦਾ ਪੁੱਤ ਸੀ ਮਿੱਟੀ ਨਾਲ ਜੁੜਿਆ ਸੀ ਅਤੇ ਮਿੱਟੀ ਹੋ ਗਿਆ ਪਰ ਮੈਨੂੰ ਲੱਗਦਾ ਕਿ ਉਹਦਾ ਨਾਮ ਹਮੇਸ਼ਾ ਲਈ ਅਮਰ ਹੋ ਗਿਆ ਮਿੱਟੀ ਕਰ ਗਿਆ ਮੈਮ ਸਿੱਧੂ ਪੰਜਾਬ ਲਈ ਨਹੀਂ ਸਾਡੇ ਏਰੀਏ ਦਾ ਐਡਾ ਘੱਟ ਆ ਜੀ ਵੀ ਸਾਡੇ ਕਿਸੇ ਲੀਡਰ ਨੇ ਵੀ ਨਹੀਂ ਸਾਡੇ ਏਰੀਏ ਦਾ ਐਡਾ ਨਾ ਕੀਤਾ ਜੀ ਜਿਹੜੇ ਸਾਡੇ ਜਿਹੜੇ ਲੀਡਰ ਸੀ ਨਾ ਜਿਹੜੇ ਗਧੇ ਨੂੰ ਘੋੜਾ ਕਹਿ ਦਿੰਦੇ ਤਾਂ ਘੋੜਾ ਬਣ ਜਾਂਦਾ ਬਲਵਿੰਦਰ ਸਿੰਘ ਭੁੰਦੜ ਵਰਗੇ ਜੀ ਬਲਕਿ ਸਿੱਧੂ ਮੂਸੇਵਾਲਾ ਇੱਕ ਆਮ ਮੁੰਡਾ ਉੱਠਿਆ ਜੀ ਅਸੀਂ ਕਿਸੇ ਮਰਜ਼ੀ ਅਫਸਰ ਦੇ ਮੂਹਰੇ ਜਾ ਕੇ ਬੈਠਦੇ ਸਿੱਧੂ ਦੇ ਭਾਈ ਹਾਂ ਤਾਂ ਹੁੱਬ ਕੇ ਅਗਲਾ ਮੂਹਰਲਾ ਗੱਲ ਸੁਣਦਾ ਸਾਨੂੰ ਐਡਾ ਮਾਣ ਮਹਿਸੂਸ ਹੁੰਦਾ ਵੀ ਕਿੱਥੇ ਲੈ ਕੇ ਲਿਆ ਆ ਸਾਨੂੰ ਅਸੀਂ ਕਿੱਥੇ ਸੀ ਅਸੀਂ ਸੋਚਿਆ ਵੀ ਨਹੀਂ ਸੀ ਕਦੇ ਐਡੇ ਗੱਲਾਂ ਜੀ ਜਿਹੜੀਆਂ ਗੱਲਾਂ ਅੱਜ ਹੋ ਰਹੀਆਂ ਗੱਲ ਕਰ ਜੇ ਉਹ ਹੁੰਦਾ ਫਿਰ ਜ਼ਿੰਦਗੀ ਹੋਰ ਹੋਣੀ ਸੀ ਹੁਣ ਜ਼ਿੰਦਗੀ ਹੋਰ ਬਾਈ ਤੁਹਾਡਾ ਜਿਹੜਾ ਦਰਦ ਹੈ ਉਹ ਸਮਝਣ ਯੋਗ ਹੈ ਪਰ ਉਮੀਦ ਇਹੀ ਕਰਦੇ ਹਾਂ ਕਿ ਜਿਸ ਤਰੀਕੇ ਦੇ ਨਾਲ ਸਿੱਧੂ ਨੇ ਜਿੰਨੀ ਜ਼ਿੰਦਗੀ ਜੋਈ ਆ ਇਨਸਾਨੀਅਤ ਤੌਰ 'ਤੇ ਅਤੇ ਬਹੁਤ ਸੋਹਣੇ ਤਰੀਕੇ ਨਾਲ ਦਲੇਰੀ ਨਾਲ ਖੁਸ਼ਦਿਲੀ ਨਾਲ ਜੀਆ ਇਸੇ ਤਰ੍ਹਾਂ ਇਹ ਭਰਾ ਵੀ ਹੁਣ ਉਹਨਾਂ ਦੀ ਸੋਚ ਨੂੰ ਜਿਹੜਾ ਅੱਗੇ ਜਿਉਂਦਾ ਰੱਖਾਂ ਮੈਮ ਅਸੀਂ ਟਰਾਈ ਕਰਾਂਗੇ ਜਿੰਨੀ ਵੀ ਸਿੱਧੂ ਮੂਸੇਵਾਲ ਦੀ ਟੀਮ ਆ ਅਸੀਂ ਟਰਾਈ ਕਰਦੇ ਵੀ ਰਹੇ ਹਾਂ ਅਸੀਂ ਮੇਰਾ ਜਿਹੜੇ ਚਾਚੇ ਦੀ ਮੈਂ ਗੱਲ ਕੀਤੀ ਮਨਜਿੰਦਰ ਮਾਖਾ ਜੀ ਦੀ ਉਹਨਾਂ ਦੀ ਬੁੱਕ ਵੀ ਆ ਰਹੀ ਆ ਦਾ ਰੀਜ਼ਨ ਬਿਹਾਈਂਡ ਲੈਜੈਂਡ ਡਾਈਡ ਅਤੇ 3 ਮਹੀਨੇ ਤੱਕ ਬੁੱਕ ਆ ਜਾਣੀ ਉਹ 'ਚ ਸਾਰੇ ਰੀਜ਼ਨ ਦੱਸਾਂਗੇ ਵੀ ਉਹਨੂੰ ਕਿਵੇਂ ਇੱਕ ਤੁਸੀਂ ਐਂ ਸੋਚ ਲਓ ਵੀ ਸਿਕਿਉਰਿਟੀ ਜੀ ਅੱਜ ਸਿਕਿਉਰਿਟੀ ਦਾ ਮਸਲਾ ਹੋ ਰਿਹਾ ਉਹ ਇੰਨਾ ਸਾਫ਼ ਸੁਥਰਾ ਇਨਸਾਨ ਜੀ ਸਾਡੇ ਪਿੰਡ ਤੋਂ 5 ਕਿਲੋਮੀਟਰ ਬਾਟ ਆ ਜੀ ਅਤੇ ਟਰੈਕਟਰ 'ਤੇ ਖੇਡਣ ਆ ਜਾਂਦਾ ਸੀ ਅਤੇ ਇਕੱਲਾ ਉਹਨੂੰ ਇੰਨਾ ਕੁ ਡਰ ਵੀ ਨਹੀਂ ਸੀ ਅਤੇ ਉਹਨੂੰ ਕਿਵੇਂ ਉਲਝਾ ਲਿਆ ਕਿਵੇਂ ਸਰਕਾਰਾਂ ਨੇ ਉਹਨੂੰ ਆਹ ਗੈਂਗਸਟਰ ਉਹਨੂੰ ਤਾਂ ਪਤਾ ਵੀ ਨਹੀਂ ਸੀ ਵੀ ਆਹ ਗੱਲਾਂ ਜੀ ਉਹਦਾ ਇਕੱਲਾ ਟਰੈਕਟਰ 'ਤੇ ਸਾਡੇ ਨਾਲ ਅਸੀਂ ਟਰੈਕਟਰ ਤੋਂ ਖੇਤ ਤੋਂ ਘਰੇ ਟਰੈਕਟਰ 'ਤੇ ਖੇਡਣ ਆ ਜਾਂਦਾ ਸਿਕਿਉਰਿਟੀ ਹੁਣ ਤਾਂ 4-4 5-5 ਬੰਦੇ ਤਾਂ ਹੈਗੇ ਸੀ ਨਾਲ ਜੀ ਇੱਕ ਰਿਵੋਲਵਰ ਹੁੰਦਾ ਉਹ ਵੀ ਐਂ ਨਹੀਂ ਪਤਾ ਸੀ ਇੱਕ ਟਾਈਮ ਘਰੇ ਭੁੱਲਿਆ ਆਉਂਦਾ ਜੀ ਅਤੇ 12-12 1-1 ਵਜੇ ਤੱਕ ਅਸੀਂ ਸੜਕਾਂ 'ਤੇ ਤੁਰੇ ਫਿਰਦੇ ਰਹਿੰਦੇ ਸਾਨੂੰ ਕੋਈ ਖਤਰਾ ਨਹੀਂ ਸੀ ਜੀ ਇਹਨਾਂ ਨੇ ਉਲਝਾਇਆ ਜੀ ਇੱਕ ਸਮੂਹ ਆਇਆ ਸਮੂਹ ਨੇ ਉਲਝਾਇਆ ਸਮੂਹ ਨੇ ਉਲਝਾ ਕੇ ਉਹਨੂੰ ਵਰਤਿਆ ਜੀ ਉਹਦਾ ਵਰਤ ਕੇ ਉਹਨੇ ਐਡਾ ਕੁ ਗੰਦਾ ਵਰਤਿਆ ਸਿਆਸਤ ਦੇ ਤੌਰ 'ਤੇ ਹੀ ਵਰਤਿਆ ਜੀ ਗੈਂਗਸਟਰਾਂ ਨੇ ਵੀ ਵਰਤ ਲਿਆ ਜੀ ਸਾਰੇ ਕਾਸੇ ਵਰਤ ਕੇ ਜੀ ਉਹਨੂੰ ਨਿਚੋੜ ਕੇ ਇੱਕ ਹੁਣ ਉਹਦੀ ਕਿਰਦਾਰਕੁਸ਼ੀ ਕਰਦੇ ਆ ਜੀ ਲੋਕ ਉੱਠ ਕੇ ਬੋਲਦੇ ਆ ਜਦੋਂ ਪਹਿਲਾਂ ਵਿਊ ਲੈਣੇ ਸੀ ਸਿੰਪਥੀ ਖਾਤਰ ਉਦੋਂ ਹੱਕ 'ਚ ਬੋਲਦੇ ਸੀ ਹੁਣ ਵੀ ਅੱਜ ਵੀ ਜਦੋਂ ਇੱਥੇ ਆਉਣਾ ਇੱਥੇ ਤਾਂ ਬਹੁਤ ਇਹੋ ਜਿਹੇ ਆਏ ਆ ਮੈਮ ਜਿਹੜੇ ਕਦੇ ਅਸੀਂ ਫੋਨ ਕਰਕੇ ਵੀ ਸਾਦੇ ਹੁੰਦੇ ਤਾਂ ਵੀ ਨਾ ਆਉਂਦੇ ਜੀ ਸਾਨੂੰ ਉਦੋਂ ਦੁੱਖ ਆਉਂਦਾ ਜੀ ਮੈਨੂੰ ਵਰਤ ਹੋਣਾ ਉਹ ਇਨਸਾਨ ਵਰਤਣ ਵਾਲਾ ਨਹੀਂ ਸੀ ਉਹ ਭਾਈਬੰਦੀ ਵਾਲਾ ਇਨਸਾਨ ਸੀ ਉਹਨੂੰ ਤੁਸੀਂ ਵਰਤ ਕੇ ਉਹ ਦੇਖਦੇ ਉਹ ਮਿਲ ਕੇ ਦੇਖਦੇ ਜਿਹੜੇ ਲੋਕ ਉਹਨੂੰ ਮਿਲੇ ਨਹੀਂ ਨਾ ਜੀ ਉਹਨਾਂ ਨੇ ਬੜਾ ਕੁਝ ਮਿਸ ਕਰਤਾ ਜੀ ਬਿਲਕੁਲ ਔਰ ਮੈਨੂੰ ਲੱਗਦਾ ਕਿ ਸਿੱਧੂ ਮੂਸੇਵਾਲਾ ਬੇਸ਼ੱਕ ਸਰੀਰਕ ਤੌਰ ਤੇ ਸਾਨੂੰ ਛੱਡ ਕੇ ਜਾ ਚੁੱਕਿਆ ਪਰ ਦਿਲਾਂ ਵਿੱਚ ਵੱਸਦਾ ਹੈ ਅਮਰ ਰਹੇਗਾ ਸੋਹਣੀ ਰੂਹ ਸੀ ਇਸੇ ਲਈ ਸਾਰਿਆਂ ਦੇ ਦਿਲਾਂ ਤੇ ਰਾਜ ਕਰਦੀ ਹੈ ਕੀ ਸੀ ਬਸ ਮੈਮ ਸਦੀ ਚ ਇੱਕ ਹੀ ਹੋਊਗਾ ਤੇ ਉਹਦੋਂ ਬਾਅਦ ਨਾ ਆਵੇ ਤੇ ਨਾ ਹੀ ਮੈਨੂੰ ਲੱਗਦਾ ਕੋਈ ਉਮੀਦ ਆ ਜੀ ਉਹ ਨਹੀਂ ਆਉਣਾ ਜੀ ਵਾਪਸ ਬਸ ਵੀਰੇ ਤੁਹਾਡਾ ਬਹੁਤ ਸ਼ੁਕਰੀਆ ਸਿੱਧੂ ਬਾਰੇ ਗੱਲਾਂ ਬਾਤਾਂ ਕੀਤੀਆਂ ਸਾਨੂੰ ਬਹੁਤ ਅੱਛਾ ਲੱਗਿਆ ਬਹੁਤ ਸ਼ੁਕਰੀਆ ਤੁਸੀਂ ਇਸ ਤਰ੍ਹਾਂ ਦੇਖਦੇ ਰਹੋ ਸਿਨੇ ਪੰਜਾਬੀ ਫਿਲਹਾਲ ਦੇ ਲਈ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ